ਸ਼੍ਰੀ ਅਕਾਲ ਦੋਸਤੋ, ਮੈਂ ਸੁਖਜਿੰਦਰ ਸਿੰਘ ਹੋਪ ਇਮੀਗ੍ਰੇਸ਼ਨ ਸਰਵਿਸ ਤੋਂ। ਇਹ ਬੈਡ ਨਿਊਜ਼ ਤਾਂ ਤੁਸੀਂ ਸੁਣ ਲਈ ਹੋਣੀ ਹੈ ਕਿ ਜਿਹੜੇ ਵੀ ਵਿਜ਼ਟਰ ਵੀਜ਼ੇ 'ਤੇ ਹੋਣਗੇ ਇਸ ਦੇਸ਼ 'ਚ ਜਾਂ 485 ਵਾਲੇ, ਉਹ ਸਟੂਡੈਂਟ ਵੀਜ਼ਾ ਲੌਜ ਨਹੀਂ ਕਰ ਸਕਦੇ ਔਨਸ਼ੋਰ। ਸੋ ਇਹਦੇ ਨਾਲ ਬਹੁਤ ਹੀ ਲੋਕਾਂ ਨੂੰ ਇੰਪੈਕਟ ਹੋਣਾ। ਜੇ ਦੇਖਿਆ ਜਾਵੇ ਵੀ ਡਿਪਾਰਟਮੈਂਟ ਇੱਕ ਪਾਸੇ ਤਾਂ ਕਹਿੰਦਾ ਹੈ ਵੀ ਜੈਨੂਅਨ ਐਂਟਰੈਂਟ ਅਸੀਂ ਉਹਨੂੰ ਕਹਿੰਦੇ ਹਾਂ, ਜਾਂ ਇੱਕ ਪਾਰਟ ਉਹਦਾ ਵੀ ਤੁਸੀਂ ਰਿਸਰਚ ਕੀਤੀ ਹੋਵੇ ਕੋਰਸ ਦੇ ਪ੍ਰਤੀ, ਤੁਸੀਂ ਕਾਲਜ ਕਿਉਂ ਕਿਹੜਾ ਲੈ ਰਹੇ ਹਾਂ, ਕਿੱਥੇ ਆ ਉਹ ਜਿਹੜਾ ਬੰਦਾ। ਇਹਨਾਂ ਨੂੰ ਬੰਦਾ ਪੁੱਛੇ ਵੀ ਸਟੂਡੈਂਟ ਵੀਜ਼ੇ ਲੌਜ ਕਰਦਾ ਵਿਜ਼ਟਰ ਵੀਜ਼ੇ ਤੋਂ ਵਿਜ਼ਟਰ ਵੀਜ਼ੇ ਬੰਦਾ ਇੱਥੇ ਆਇਆ, ਉਹਨੇ ਆ ਕੇ ਆਪਣੀ ਰਿਕੁਆਇਰਡ ਰਿਸਰਚ ਕੀਤੀ, ਉਹਦਾ ਜਿਹੜਾ ਡਿਸੀਜਨ ਹੈ ਕਿਹੜਾ ਕੋਰਸ ਲੈਣਾ, ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ 'ਚ ਲੈਣਾ, ਉਹ ਜ਼ਿਆਦਾ ਇਨਫੋਰਮਡ ਹੈ ਜਾਂ ਬੈਟਰ ਹੈ ਕਿ ਜਿਹੜਾ ਬੰਦਾ ਆਪਣੇ ਆਫਸ਼ੋਰ ਬੈਠ ਕੇ ਜਾਂ ਇੰਡੀਆ 'ਚ ਬੈਠ ਕੇ ਏਜੰਟਾਂ ਦੇ ਭਰੋਸਾ ਕਰਕੇ ਉਹ ਸਟੂਡੈਂਟ ਵੀਜ਼ਾ ਲੌਂਚ ਕਰ ਰਿਹਾ। ਸੋ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਮਾਈਗ੍ਰੇਸ਼ਨ ਸਟ੍ਰੈਟਜੀ ਹੈ ਉਹ ਕਾਫੀ ਖਰਾਬ ਕਰ ਦਿੱਤੀ ਕਰੰਟ ਗੌਰਮੈਂਟ ਨੇ। ਇਹਨਾਂ ਨੂੰ ਇੱਦਾਂ ਕਹਿ ਲਓ ਪੰਜਾਬੀ 'ਚ ਵੀ ਪਤਾ ਨਹੀਂ ਲੱਗ ਰਿਹਾ ਕੀ ਕਰਦੇ ਨੇ। ਬਟ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਹੁਣ ਸਾਨੂੰ ਡੀਲ ਤਾਂ ਉਸ ਲੋਅ ਦੇ ਨਾਲ ਹੀ ਕਰਨਾ ਜਿਹੜਾ ਕਿ ਇਹਨਾਂ ਨੇ ਪਾਸ ਕਰ ਦਿੱਤਾ ਹੈ। 1 ਜੁਲਾਈ ਤੋਂ ਬਾਅਦ ਵਿਜ਼ਟਰ ਵੀਜ਼ੇ 'ਤੇ ਆਇਆ ਬੰਦਾ ਇੱਥੇ ਸਟੂਡੈਂਟ ਵੀਜ਼ਾ ਨਹੀਂ ਲੌਂਚ ਕਰ ਸਕਦਾ, 485 'ਤੇ ਬੈਠਾ ਬੰਦਾ ਸਟੂਡੈਂਟ ਵੀਜ਼ਾ ਨਹੀਂ ਲੌਂਚ ਕਰ ਸਕਦਾ। ਸੋ ਵਿਜ਼ਟਰ ਵੀਜ਼ਿਆਂ ਵਾਲੇ ਤਾਂ ਸੋਚ ਕੇ ਹੀ ਆਉਣ ਵੀ ਉਹ ਉਹਨਾਂ ਦਾ ਗਾਂ ਜਾਂ ਕੋਈ 482 ਵੀਜ਼ਾ ਉਹਨਾਂ ਨੂੰ ਕੋਈ ਸਪੋਂਸਰ ਹੈਗਾ। ਸੋ ਉਹ ਤਾਂ ਪਹਿਲਾਂ ਹੀ ਮਾਈਗ੍ਰੇਸ਼ਨ ਐਡਵਾਈਸ ਲੈ ਕੇ ਹੀ ਇਸ ਦੇਸ਼ 'ਚ ਆਉਣ, ਜੇ ਉਹਨਾਂ ਦਾ ਕਿਤੇ ਨਾ ਕਿਤੇ ਇਹ ਇੰਟੈਂਸ਼ਨ ਹੈ ਵੀ ਉੱਥੇ ਆ ਕੇ ਰਹਿਣਾ ਚਾਹੁੰਦੇ ਨੇ। ਦੂਜੇ ਪਾਸੇ ਆਪਣੇ 485 ਵੀਜ਼ਾ ਹੋਲਡਰ ਵਾਲੇ, ਉਹਨਾਂ ਲਈ ਤਾਂ ਕਹਿ ਲਓ ਵੀ ਇਹ ਵੱਡੀ ਵਾਰਨਿੰਗ ਹੈ ਕਿ ਤੁਸੀਂ ਸਟੂਡੈਂਟ ਵੀਜ਼ੇ 'ਤੇ ਹੁੰਦਿਆਂ ਹੋਇਆਂ ਆਪਣੀ ਪੜ੍ਹਾਈ ਕਰਦਿਆਂ ਹੋਇਆਂ ਆਪਣੇ ਫੀਲਡ 'ਚ ਕੰਮ ਕਰੋ ਤਾਂ ਕਿ TR ਖਤਮ ਹੋਣ ਤੋਂ ਪਹਿਲਾਂ ਤੁਹਾਡਾ ਕੋਈ ਨਾ ਕੋਈ ਰਸਤਾ ਨਿਕਲ ਆਵੇ। ਹੁਣ ਉਹ ਰਸਤਾ ਦੋ ਪਾਸੇ ਨਿਕਲਣਗੇ, ਇੱਕ ਤਾਂ ਹੈਗਾ ਸਕਿੱਲਡ ਮਾਈਗ੍ਰੇਸ਼ਨ, ਆਪਾਂ EOI ਲੌਂਚ ਕਰਤਾ। ਹੁਣ EOI ਜਿਹੜਾ ਲੌਂਚ ਕਰਦੇ ਹਾਂ ਉਹਦੇ ਵਿੱਚ ਕਿੰਨੇ ਕੁ ਇਨਵੀਟੇਸ਼ਨ ਆਉਂਦੇ ਨੇ ਉਹ ਵੀ ਆਪਾਂ ਨੂੰ ਸਭ ਨੂੰ ਪਤਾ ਹੈ। ਸੋ ਅਖੀਰ ਆ ਕੇ ਜਿਹੜਾ ਆਈ ਥਿੰਕ ਜਿਹੜੀ ਬੈਟਰ ਸਟ੍ਰੈਟਜੀ ਹੋਏਗੀ ਵੀ EOI ਤਾਂ ਲੌਂਚ ਕਰੋ ਹੀ ਤੁਸੀਂ ਆਪਣੇ ਆਕੂਪੇਸ਼ਨਸ, ਮੈਕਸੀਮਮ PT, NATI ਆਪਣੇ ਪੁਆਇੰਟਸ ਰੇਜ ਕਰਨ ਦੀ ਕੋਸ਼ਿਸ਼ ਕਰੋ। ਪਰ ਦੂਜੇ ਪਾਸੇ ਆਪਣੀ ਆਕੂਪੇਸ਼ਨ 'ਚ ਤੁਸੀਂ ਇੰਪਲੋਇਰ ਵੀ ਲੱਭੋ। ਹੁਣ ਨਵੰਬਰ ਤੋਂ ਜਿਹੜਾ ਇਹਨਾਂ ਨੇ ਨਵਾਂ ਰੂਲ ਲੈ ਕੇ ਆ ਰਹੇ ਨੇ ਵੀ 1 ਸਾਲ ਦਾ ਐਕਸਪੀਰੀਅੰਸ ਚਾਹੀਦਾ 482 ਵੀਜ਼ੇ ਲਈ, ਜਿਹਨੂੰ ਆਪਾਂ ਵਰਕ ਵੀਜ਼ਾ ਕਹਿੰਦੇ ਹਾਂ, ਉਹਦੇ ਨਾਲ ਬਹੁਤ ਜਿਹੜੇ ਆਪਣੇ ਪੋਟੈਂਸ਼ੀਅਲ ਮਾਈਗ੍ਰੈਂਟ ਉਹਨਾਂ ਨੂੰ ਫਾਇਦਾ ਹੋਊਗਾ ਵੀ 1 ਸਾਲ ਦਾ ਉਹ ਜੇ ਟ੍ਰੇਡ ਦਾ ਉਹਨਾਂ ਨੇ ਜੋਬ ਜਿਹੜੀ ਪ੍ਰੋਗਰਾਮ ਕੀਤਾ। ਸੋ ਦੇ ਆਰ ਐਲੀਜੀਬਲ ਫੋਰ 482, ਪਰ ਉਹਨਾਂ ਨੂੰ ਇੰਪਲੋਇਰ ਲੱਭਣਾ ਪਏਗਾ। ਦੂਜੇ ਪਾਸੇ ਏਜ ਕੇਅਰ ਵਰਕਰ, ਡਿਸਬਿਲਿਟੀ ਵਰਕਰ, ਹੋਰ ਬਹੁਤ ਆਕੂਪੇਸ਼ਨਸ ਨੇ ਜਿਹੜੀਆਂ ਕਿ ਡਾਮਾ ਕਵਰ ਕਰਦਾ ਹੈ। ਸੋ ਕਿਤੇ ਨਾ ਕਿਤੇ ਤੁਹਾਨੂੰ ਜਦੋਂ ਸਟੂਡੈਂਟ ਵੀਜ਼ੇ 'ਤੇ ਇੱਥੇ ਪਹੁੰਚਦੇ ਹੋ ਆਉਂਦਿਆਂ ਹੀ ਆਪਣਾ PR ਪਾਥਵੇ ਡਿਜ਼ਾਈਨ ਕਰਨਾ ਚਾਹੀਦਾ ਮਾਈਗ੍ਰੇਸ਼ਨ ਏਜੰਟਸ ਨੂੰ ਮਿਲ ਕੇ ਕਿ ਤੁਹਾਡਾ ਫਿਊਚਰ ਜਿਹੜਾ ਹੈ ਉਹ 7-8-10 ਸਾਲ ਤੱਕ ਲਿੰਗਰ ਔਨ ਨਾ ਕਰੇ। ਕਿਤੇ ਨਾ ਕਿਤੇ ਤਾਂ ਸਾਨੂੰ ਫਾਇਦਾ ਵੀ ਹੋਜੂਗਾ ਕਿ ਜਿਹੜੇ ਅਸੀਂ ਥਾਂ ਥਾਂ ਦੇ ਡਿਪਲੋਮੇ ਕਰ ਦਿੰਦੇ ਸੀ, ਮੈਨੇਜਮੈਂਟ ਦੇ ਕਰ ਲਿਆ, ਫਲਾਨਾ ਡਿਪਲੋਮਾ ਕਰ ਲਿਆ, 8 ਸਾਲ ਹੋ ਗਿਆ ਜੀ ਡਿਪਲੋਮਿਆਂ ਕੋਈ ਛੱਡਿਆ ਨਹੀਂ, ਅਸੀਂ ਸਾਰੇ ਕਰ ਲਿਆ, ਪਰ ਸਾਡੇ ਕੋਲ ਹਲੇ ਵੀ PR ਪਾਸਪੋਰਟ ਨਹੀਂ ਹੈਗਾ। ਸੋ ਇਹਦੇ ਤੋਂ ਥੋੜ੍ਹੀ ਸਾਡੀ ਜੇ ਲਥਾਰਜੀ ਘਟੂਗੀ ਅਤੇ ਤੁਸੀਂ ਜਲਦੀ ਪਲੈਨ ਕਰੋਗੇ ਉੱਤੇ, ਜਲਦੀ ਐਕਟ ਵੀ ਕਰੋਗੇ। ਹਾਂ, ਤੁਹਾਨੂੰ ਥੋੜ੍ਹਾ ਸਟ੍ਰੈਸ ਹੋਊਗਾ ਇਨੀਸ਼ਲੀ, ਬਟ ਇਵੈਂਚੁਅਲੀ ਤੁਹਾਡੀ PR ਕਿਤੇ ਨਾ ਕਿਤੇ ਲਾਗੇ ਤੁਹਾਨੂੰ ਹੁੰਦੀ ਦਿਸੂਗੀ। ਸੋ ਜਿਹੜੇ
ਰੂਲਸ ਪਾਸ ਕੀਤੇ ਨੇ। ਪੋਲੀਟੀਕਲੀ ਸਪੀਕਿੰਗ ਉਹ ਬਹੁਤ ਹੀ ਸਟੂਪਿਡ ਡਿਸੀਜ਼ਨ ਨੇ, ਲੈਟ ਮੀ ਪੁੱਟ ਇਟ ਦਿਸ ਵੇ। ਇਹਨਾਂ ਦੇ ਨਾਲ ਆਸਟ੍ਰੇਲੀਅਨ ਮਾਈਗ੍ਰੇਸ਼ਨ ਨੂੰ ਕੋਈ ਫਾਇਦਾ ਤਾਂ ਨਹੀਂ ਹੋਣ ਵਾਲਾ, ਬਟ ਐਨੀ ਹੋ ਜੇ ਉਹਨਾਂ ਨੇ ਫੈਸਲਾ ਲੈ ਰਿਹਾ, ਅਸੀਂ ਉਹਨਾਂ ਦੇ ਰੂਲਾਂ ਦੇ ਮੁਤਾਬਕ ਆਪਣਾ ਪਲੈਨ ਜਿਹੜਾ ਉਹ ਬਣਾਈਏ। ਸੋ ਜੇ ਤੁਹਾਨੂੰ ਕੋਈ ਕੁਐਸਚਨਸ ਨੇ ਇਹਨਾਂ ਰੂਲਾਂ ਤੋਂ ਬਾਅਦ ਆਉਣ ਵਾਲੇ ਭਵਿੱਖ ਬਾਰੇ, ਤਾਂ ਤੁਸੀਂ ਥੱਲੇ ਦਿੱਤੇ ਨੰਬਰ 'ਤੇ ਕਾਲ ਕਰਕੇ ਅਪੁਆਇੰਟਮੈਂਟ ਬਣਾ ਸਕਦੇ ਹੋ। ਸਤਿ ਸ਼੍ਰੀ ਅਕਾਲ।